ਤੇ ਇਹਦੇ ਥੱਲੇ ਖੂਹ ਹੈ ਜੀ, ਉਹਦੇ ਵਿੱਚ ਰਹਿੰਦੇ ਨੇ ਸਨੇਕ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਜੀ ਸਾਰੇ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਆਏ ਹਾਂ ਜੀ ਆਪਣੇ ਪਿੰਡ। ਅਤੇ ਹੁਣ ਸਵੇਰੇ ਆਇਆ ਸੀਗਾ ਮੈਂ 8:30 ਵਜੇ। ਆਪਾਂ ਨੇ ਨਾ ਜੀ ਆਹ ਪਿੱਛੇ ਦੇਖੋ ਸਬਜ਼ੀਆਂ ਲਾਈਆਂ ਹੋਈਆਂ, ਇਹਨਾਂ ਨੂੰ ਪਾਣੀ ਦੇਣਾ, ਇਹਨਾਂ ਨੂੰ ਪਾਣੀ ਦੇਣਾ ਅਤੇ ਇੱਕ ਅੱਧਾ ਆਪਾਂ ਕੰਮ ਕਰਾਉਣਾ ਆਪਣੇ ਉਰੇ ਪਿੰਡ। ਅਤੇ ਨਾ ਉਹ ਮੋਟਰ ਦਾ ਕੋਠਾ ਢਹਿ ਗਿਆ ਸੀਗਾ, ਅਤੇ ਉਹ ਹੁਣ ਕੋਠਾ ਆਪਾਂ ਜਿਹੜਾ ਹੈਗਾ ਉਹ ਦੁਬਾਰਾ 'ਤੇ ਥੋੜ੍ਹੀ ਜਿਹੀ ਐਵੇਂ ਅਲਮਾਰੀ ਜਿਹੀ ਬਣਵਾਉਣੀ ਆ ਇੰਟਾਂ ਦੀ। ਸੋ ਉਸ ਵਾਸਤੇ ਆਪਾਂ ਨੇ ਬੰਦਾ ਲਾਇਆ, ਮਜ਼ਦੂਰ ਜਿਹੜਾ ਉਹ ਇੰਟਾਂ ਨਾ ਆਪਣੇ ਕੋਲ ਪੁਰਾਣੀਆਂ ਪਈਆਂ ਸੀਗੀਆਂ, ਇੰਟਾਂ ਕੱਢ ਘੁੱਟ ਕੇ ਸਮਾਰ ਦੂਗਾ ਇੰਟਾਂ ਨੂੰ, ਫਿਰ ਕੱਲ੍ਹ ਨੂੰ ਮਿਸਤਰੀ ਆਊਗਾ। ਅਤੇ ਫਿਰ ਜੀ ਮਿਸਤਰੀ ਆਪਣਾ ਜੋ ਹੈ ਉਹ ਅਲਮਾਰੀ ਬਣਾ ਦੂਗਾ, ਫਿਰ ਆਪਾਂ ਵਿੱਚੋਂ ਮੋਟਰ ਦਾ ਸਟਾਰਟਰ ਲਾ ਦਾਂਗੇ। ਸੋ ਹੁਣ ਜੀ ਆਪਾਂ ਪਿੰਡ ਆਏ ਸੀਗੇ, ਅਤੇ ਹੁਣ ਪਹਿਲਾਂ ਮੈਂ ਸਬਜ਼ੀਆਂ ਨੂੰ ਇੰਨੇ ਪਾਣੀ ਦੇ ਦਿੰਦਾ ਸਾਰੀਆਂ ਨੂੰ, ਇੱਥੇ ਲਾਈਆਂ ਆਹ ਲੇਟ ਹੋ ਗਿਆ ਐਤਕੀ ਸਬਜ਼ੀਆਂ ਲਾਉਣ 'ਚ, ਇਸ ਕਰਕੇ ਆ ਦੇਖੋ ਹੁਣ ਖੜੀਆਂ ਹੋ ਗਈਆਂ ਹੈ। ਜਿਵੇਂ ਉਹ ਮਿਰਚਾਂ ਲਾਈਆਂ ਉੱਥੇ ਕੀ ਆ ਵਗੈਰਾ ਤੁਹਾਨੂੰ ਸਾਰਾ ਕੁਛ ਦੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਮਿਸਤਰੀ ਨੂੰ ਚਾਹ ਦਿੰਦੇ ਹਾਂ, ਜਿਹੜਾ ਮਿਸਤਰੀ ਜੀ ਮਜ਼ਦੂਰ ਜਿਹੜਾ ਆਇਆ ਉਹਨੂੰ ਆਪਾਂ ਚਾਹ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਪਾਣੀ ਦੇਵਾਂਗੇ। ਸੋ ਮੌਸਮ ਬਹੁਤ ਸੋਹਣਾ ਹੋ ਗਿਆ ਜੀ, ਆ ਦੇਖੋ ਹਵਾ ਪੱਤੇ ਕਿੱਦਾਂ ਚਾ ਕਿਵੇਂ ਚੱਲ ਰਹੀ ਹੈ ਜੀ, ਹਵਾ ਠੰਡੀ ਠੰਡੀ। ਅੱਜ ਆ ਦੇਖੋ ਪਿੱਛੇ ਵੀ ਤੁਹਾਨੂੰ ਦਿਖਾਉਂਦਾ ਮੈਂ, ਹਵਾ ਬਹੁਤ ਚੱਲ ਰਹੀ ਹੈ ਅੱਜ, ਮੌਸਮ ਠੰਡਾ ਅੱਜ ਮੀਂਹ ਵਾਲਾ ਮੌਸਮ ਹੈ। ਅਤੇ ਖੇਤ ਵਾਹ 'ਤੇ ਆ ਦੇਖੋ ਸਾਰੇ, ਉੱਧਰ ਬਰਸੀਨ ਲੱਗੀ ਹੋਈ ਹੈ ਜੀ। ਕੋਈ ਆ ਨਿੰਮ ਟੈਂਕ ਹੈ, ਟੈਂਕਾਂ 2-3 ਹੈ, ਇਹ ਆਪਾਂ 2-2.5 ਸਾਲ ਪਹਿਲਾਂ ਹੀ ਲਾਈ ਸੀਗੀਆਂ, ਦੇਖੋ ਕਿੱਡੀ ਕਿੱਡੀਆਂ ਹੋ ਗਈਆਂ, 2-3 ਸਾਲ ਤੱਕ ਇਹ ਬਹੁਤ ਮੋਟੀਆਂ ਹੋ ਜਾਣਗੀਆਂ ਜਿਵੇਂ ਆਹ ਹੈ। ਆਹ ਦੇਖੋ ਬਹੁਤ ਛੇਤੀ ਹੁੰਦੀਆਂ ਟੈਂਕਾਂ। ਅਤੇ ਆਹ ਅਮਰੂਦ ਹੈ, ਹਵਾ ਦੇਖੋ ਕਿੰਨੀ ਚੱਲ ਰਹੀ ਹੈ ਅੱਜ, ਹਵਾ ਠੰਡਾ ਠੰਡਾ ਜਿਹਾ ਮੌਸਮ ਹੈ, ਆਹ ਸੋਹਣਾ ਲੱਗਦਾ। ਪਹਿਲਾਂ ਜੀ ਘਰ ਜਾ ਕੇ ਕੁੱਟਾਂਗੇ ਪੁਦੀਨੇ ਦੀ ਚਟਣੀ। ਉਸ ਵਾਸਤੇ ਚਟਣੀ 'ਚ ਜਿਹੜੀ ਸਭ ਤੋਂ ਵਧੀਆ ਖੱਟੀ ਕਰਦੀ ਹੈ ਚਟਣੀ ਨੂੰ ਚੀਜ਼, ਉਹ ਹੈਗੀ ਆ ਆਪਣੀਆਂ ਕੱਚੀਆਂ ਅੰਬੀਆਂ। ਅਤੇ ਉਹ ਰਿਹਾ ਪਿੱਛੇ ਅੰਬ, ਅਤੇ ਉੱਥੇ ਚੱਲਦੇ ਹਾਂ ਜੀ ਆਪਾਂ ਨੂੰ ਕੱਚੀਆਂ ਅੰਬੀਆਂ, ਨੀਚੇ ਹਵਾ ਚੱਲ ਰਹੀ ਹੈ, ਨੀਚੇ ਗਿਰੂਗੀਆਂ ਕੱਚੀਆਂ ਅੰਬੀਆਂ, ਅਤੇ ਆਪਾਂ ਉਹ ਚੱਕ ਕੇ ਲਿਆਉਂਦੇ ਹਾਂ, ਤੋੜਨੀਆਂ ਨਹੀਂ ਹੈ ਆਪਾਂ ਨੇ। ਅਤੇ ਹੁਣ ਆਪਾਂ ਚੱਕ ਕੇ ਲਿਆਉਂਦੇ ਹਾਂ ਜੀ ਉਹ ਕੱਚੀਆਂ ਅੰਬੀਆਂ, ਫਿਰ ਚਟਣੀ ਪੁੱਟਾਂਗੇ ਘਰ ਜਾ ਕੇ। ਆਮ ਆਮ ਉਠਾ ਰਿਹਾ ਅੰਬ, ਗਿਰ ਰਿਹਾ ਹੈ, ਗਿਰ ਰਿਹਾ ਹੈ, ਗਿਰ ਰਿਹਾ ਹੈ ਅੰਬ। ਦੇ ਨਾ ਦੋ ਦੇ ਨਾ ਦੋ, ਹਾਂ ਦੋ ਦੇ ਦਿਓ, ਬਸ ਦੋ ਦੋ ਬਹੁਤ ਹੈ, ਚਟਨੀ ਕੁੱਟ ਜਾਏਗੀ, ਬਸ 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 ਲੈ ਜਾਓ। ਕਿਆ ਕਰਨਾ ਆਪਨੇ, ਚਟਨੀ ਕੁੱਟਣੀ ਹੈ, ਹਾਂ ਕੁੱਟੋ ਕੁੱਟੋ ਕੋਈ ਬਾਤ ਨਹੀਂ। ਆਹ ਦੇਖੋ ਜੀ ਦੋ ਅੰਬੀਆਂ ਆਪਾਂ ਨੇ ਲੈ ਲਈਆਂ, ਜ਼ਿਆਦਾ ਲੈ ਕੇ ਜਾ ਰਿਹਾ ਸੀਗਾ, ਹੋਰ ਵੀ ਗਿਰ ਰਹੀਆਂ ਨੇ, ਆਪਾਂ ਚੱਕ ਲੈਂਦੇ ਹਾਂ ਅੰਬੀਆਂ। ਆਹ ਦੇਖੋ ਤੁਸੀਂ ਹਵਾ ਦੀ ਆਵਾਜ਼ ਸੁਣ ਸਕਦੇ ਹੋ, ਕਿੰਨੀ ਹਵਾ ਚੱਲ ਰਹੀ ਹੈ, ਅਤੇ ਨੀਚੇ ਅੰਬੀਆਂ ਵੀ ਗਿਰੀਆਂ ਹੋਈਆਂ ਹੋਈਆਂ, ਆਪਾਂ ਚੱਕ ਲੈਂਦੇ ਹਾਂ ਜਿਵੇਂ ਕਾਹ ਗਿਰੀ ਹੋਈ ਹੈ ਜੀ ਅੰਬੀ। ਆਹ ਦੇਖੋ 3 ਹੋ ਗਈਆਂ ਆਪਣੇ ਕੋਲ, ਆਹ ਦੇਖੋ ਸਾਰੀਆਂ ਅੰਬੀਆਂ ਗਿਰੀਆਂ ਹੋਈਆਂ ਨੇ ਵਿੱਚ ਵਿੱਚ। ਆਹ ਦੇਖੋ ਹਵਾ ਚੱਲ ਰਹੀ ਹੈ ਨਾ ਤਾਂ ਗਿਰ ਜਾਂਦੀਆਂ ਨੇ, ਆਹ ਦੇਖੋ 4 ਜਿੰਨੀਆਂ ਚੱਕ ਲੈਂਦੇ ਆਪਾਂ, 5-7-10 ਅੰਬੀਆਂ ਬਹੁਤ ਨੇ। ਆਹ ਦੇਖੋ ਕਾਹ ਗਿਰੀ ਹੋਈ ਹੈ ਜੀ, ਅਤੇ ਬਹੁਤ ਵਧੀਆ ਲੱਗ ਰਿਹਾ ਜੀ ਉਰੇ ਆ ਕੇ ਆਪਣਾ ਅੰਬ ਦੇ ਥੱਲੇ ਜਦੋਂ ਅਸੀਂ ਛੋਟੇ ਹੁੰਦੇ ਸੀ ਬੱਚੇ ਉਦੋਂ ਖੇਡਦੇ ਹੁੰਦੇ ਸੀ, ਬਹੁਤ ਵਧੀਆ ਮਤਲਬ ਲੱਗਦਾ ਜਦੋਂ ਵੀ ਆਪਾਂ ਅੰਬ ਦੇ ਥੱਲੇ ਖੇਡਦੇ ਹਾਂ ਜਾਂ ਕੋਈ ਵੀ ਆਪਣੇ ਪਿੰਡ ਦੀ ਯਾਦ ਆ ਜਾਂਦੀ ਹੈ। ਹੁਣ ਤਾਂ ਸ਼ਹਿਰ 'ਚੋਂ ਗੱਲਾਂ ਕਿੱਥੇ ਰਹੀਆਂ, ਹੁਣ ਅੰਬੀਆਂ ਆਪਾਂ ਨੇ ਦੇਖੋ ਚੱਕ ਲਈਆਂ, ਚਟਣੀ ਬਹੁਤ ਸਵਾਦ ਲੱਗਦੀ ਹੈ, ਅਤੇ ਨਾਲੇ ਕੋਈ ਅੰਬਾਂ 'ਚ ਕੋਈ ਸਪਰੇ ਨਹੀਂ ਹੈਗੀ, ਵੀ ਇਹਦੇ ਸਪਰੇ ਨਾਲ ਹੋ ਜਾਂਦੇ ਨੇ, ਪੂਰੇ ਪਿਓਰ ਅੰਬ ਨੇ ਜੀ ਆਹ। ਅਤੇ ਹੁਣ ਹੋਰ ਅੰਬੀਆਂ ਵੀ ਚੱਕਦੇ ਹਾਂ ਆਪਾਂ, ਗਿਰਨਗੀਆਂ ਬਹੁਤ ਗਿਰੀਆਂ ਹੋਈਆਂ ਨੇ, ਉਹ ਬਾਈ ਵੀ ਲੈ ਗਿਆ ਚੱਕ ਕੇ ਉੱਥੋਂ। ਉਹ ਅੰਬ ਤੋਂ ਮੈਂ ਉਰੇ ਤੋੜ ਲਿਆ ਅੰਬੀਆਂ ਦੇਖੋ, ਅਤੇ ਹੁਣ ਆਹ ਦੇਖੋ ਲਫਾਫਾ ਲਫਾਫੇ 'ਚ ਪਾ ਦਿੰਦੇ ਹਾਂ ਆਪਾਂ ਅੰਬੀਆਂ ਨੂੰ, ਦੇਖੋ ਜੀ ਆਹ ਭਾਈ ਲਾਇਆ ਆਪਾਂ ਇੰਟਾਂ ਘੜ ਰਿਹਾ, ਇੰਟਾਂ ਆਪਣੇ ਕੋਲ ਪੁਰਾਣੀਆਂ ਪਈਆਂ ਸੀਗੀਆਂ ਉੱਥੇ ਨਾ, ਆਪਾਂ ਜਦ ਪਿੰਡ ਰਹਿੰਦੇ ਸੀਗੇ ਡੋਗ ਰੱਖਿਆ ਹੋਇਆ ਸੀਗਾ ਉਹ ਸਾਹਮਣੇ, ਉੱਥੇ ਉਹਦਾ ਆਪਾਂ ਨੇ ਘੁੱਲਾ ਜਿਹਾ ਬਣਾਇਆ ਹੋਇਆ ਸੀਗਾ ਡੋਗ ਦਾ, ਅਤੇ ਹੁਣ ਉਹ ਆਪਾਂ ਨੇ ਇੰਟਾਂ ਵੈਸੇ ਹੀ ਪਈਆਂ ਸੀਗੀਆਂ, ਸੋ ਆਪਾਂ ਨੇ ਆਹ ਇੰਟਾਂ ਵੀ ਉਰੇ ਨਾ ਆਪਾਂ ਉਹ ਮੋਟਰ ਦੇ ਸਟਾਰਟਰ ਵਾਸਤੇ ਬਣਾਉਣਾ ਅਲਮਾਰੀ ਜੀ ਟਾਈਪ, ਅਤੇ ਉਸ ਵਾਸਤੇ ਆਪਾਂ ਇੰਟਾਂ ਜਿਹੜੀਆਂ ਉਹ ਸਾਫ਼ ਕਰਵਾ ਰਹੇ ਹਾਂ ਕਿ ਇਹ ਘੜ ਹੋ ਜਾਣਗੀਆਂ ਇੰਟਾਂ ਵਧੀਆ, ਅਤੇ ਫਿਰ ਇੰਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਾਂ ਯੂਜ਼ ਕਰ ਲਾਂਗੇ, ਅਤੇ ਫਿਰ ਆਪਾਂ ਜੋ ਹੈ ਆਪਣਾ ਉਹ ਕੂਲਰ ਬਣਾ ਲਾਂਗੇ। ਹਵਾ ਬਹੁਤ ਚੱਲਦੀ ਪਈ ਆ ਦੇਖੋ ਜੀ, ਅਤੇ ਆਹ ਦੇਖੋ ਕਿਵੇਂ ਹਵਾ ਚੱਲ ਰਹੀ ਹੈ। ਅਤੇ ਹੁਣ ਜੀ ਮੈਂ ਖਾਣ ਲੱਗਿਆ ਆਪਣੀ ਰੋਟੀ, ਮੈਂ ਰੋਟੀ ਨਾਲ ਹੀ ਲਿਆਇਆ ਸੀਗਾ ਕਿਉਂਕਿ ਸਵੇਰੇ ਸਵੇਰੇ ਆਇਆ ਸੀਗਾ, ਸਵੇਰੇ ਸਵੇਰੇ ਰੋਟੀ ਖਾਣੀ ਹੁੰਦੀ ਅਤੇ ਟਾਈਮ ਵੀ ਨਹੀਂ ਹੁੰਦਾ, ਸੋ ਮੈਂ ਇੱਥੇ ਪੈਕ ਕਰਾ ਲਿਆ ਮੰਮੀ ਤੋਂ,
ਤੇ ਹੁਣ ਖਾਣਾ ਦੇਖੋ ਆ ਡੱਬੀ ਹੈ ਇਹਦੇ ਵਿੱਚ ਪਤਾ ਨਹੀਂ ਕੀ ਹੈ ਆ ਨਾਲ ਮੰਮੀ ਨੇ ਆ ਲਸਣ ਇਹ ਜਿਹੜਾ ਲਸਣ ਆ ਉਹ ਪਾਤਾ ਨਾਲ ਰੋਟੀ ਦੇ ਨਾਲ ਮੰਮੀ ਨੇ ਬੰਨਤਾ ਉਹ ਹੁੰਦਾ ਨਾ ਘਰਦਿਆਂ ਨੂੰ ਵੀ ਕਿਤੇ ਜੇ ਕਿਤੇ ਜਾਈਏ ਲਸਣ ਆ ਪਿਆਜ਼ ਨਾਲ ਪਾਇਆ ਕਰੋ ਉਹ ਚੀਜ਼ ਹੈ ਵੀ ਘਰਦੇ ਡਰਦੇ ਨੇ ਵੀ ਕੋਈ ਭੂਤ ਪ੍ਰੇਤ ਨਾ ਚਿੰਬੜ ਜੇ ਸੋ ਇਸ ਕਰਕੇ ਆ ਪਾ ਦਿੰਦੇ ਹਾਂ ਵੈਸੇ ਧੁੱਪ ਵੀ ਆ ਗਈ ਉੱਪਰ ਕਿਤੇ ਪਰਾਂ ਜਾ ਕੇ ਹੀ ਖਾਂਦਾ ਹੁਣ ਰੋਟੀ ਰੋਟੀ ਹੈ ਜੀ ਆ ਚੋਲੇ 'ਚ ਹਾਂਜੀ ਅਤੇ ਰੋਟੀ ਖਾ ਲਈ ਆ ਹੁਣ ਅਤੇ 10 ਵੱਜ ਗਏ ਅਤੇ ਆਹ ਦੇਖੋ ਆਹ ਛੋਟਾ ਮਰੂਦ ਹੈ ਇਸ 'ਤੇ ਬੂਰ ਆਉਣ ਲੱਗ ਗਿਆ ਤੁਹਾਨੂੰ ਦਿਖਾਉਂਦੇ ਹਾਂ ਜੀ ਮਰੂਦ ਲੱਗਣਗੇ ਫਿਰ ਇਸ 'ਤੇ ਫੁੱਲ ਆਉਣ ਲੱਗ ਗਏ ਜੀ ਬੂਰ ਕਿੰਨਾ ਬੂਰ ਆਇਆ ਹੋਇਆ ਮਰੂਦਾਂ ਦੇ ਆਹ ਦੇਖੋ ਅਮਰੂਦ ਸਾਰੇ ਪੱਕ ਗਏ ਫਿਰ ਖਾਵਾਂਗੇ ਜਦੋਂ ਪੱਕ ਜਾਏਗੇ ਆਹ 2 ਮਹੀਨੇ ਤੱਕ ਪੱਕੂਗੇ ਜੀ ਹਲੇ ਤਾਂ ਆਹ ਛੋਟੇ ਛੋਟੇ ਹੈ ਇੱਧਰ ਵੀ ਆ ਗਿਆ ਜੀ ਇਸ ਮਰੂਦ 'ਤੇ ਵੀ ਬੂਰ ਆ ਦੇਖੋ ਆਹ ਛੋਟੇ ਜਿਹੇ 'ਤੇ ਹੀ ਲੱਗਣ ਲੱਗ ਗਏ ਇਹਨੂੰ 1.5 ਹੋਇਆ ਹਲੇ ਲਾਏ ਨੂੰ 1 ਵੀ ਨਹੀਂ ਹੋਇਆ ਕਿੱਡਾ ਵੱਡਾ ਹੋ ਗਿਆ ਅੱਜ ਕੱਲ੍ਹ ਹਾਈਬ੍ਰਿਡ ਮਿਲਦੇ ਨੇ ਜੀ ਪੌਦੇ ਇਹਨੂੰ 10-12 ਸਾਲ ਹੋ ਗਏ ਜੀ ਮਰੂਦ ਨੂੰ ਇਸ 'ਤੇ ਵੀ ਬੂਰ ਆਇਆ ਹੋਇਆ ਆਹ ਦੇਖੋ ਆਹ ਚਿੱਟੇ ਮਰੂਦ ਹੈ ਜੀ ਸਾਰੇ ਚਿੱਟੇ ਲੱਗਦੇ ਆ ਇਹਨਾਂ ਦੇ ਅਤੇ ਉਸ 'ਤੇ ਲਾਲ ਲੱਗਦੇ ਆ ਉਸ 'ਤੇ ਨਹੀਂ ਆਇਆ ਜੀ ਹਲੇ ਬੂਰ ਉਸ 'ਤੇ ਅੱਗੇ ਜਾ ਕੇ ਲੱਗਦੇ ਆ ਅਗਸਤ 'ਚ ਇਹ ਖਾਲੀ ਹੈ ਜੀ ਅਮਰੂਦ ਅਤੇ ਬਾਕੀ ਜੀ ਆਹ ਆਪਣੀਆਂ ਸਾਰੀਆਂ ਸਬਜ਼ੀਆਂ ਨੇ ਆਹ ਮਿਰਚਾਂ ਲਾਈਆਂ ਇੱਧਰ ਆਪਾਂ ਨੇ ਆਹ ਦੇਖੋ ਆਹ ਮਿਰਚਾਂ ਨੇ ਉਹ ਬੈਂਗ ਉਹ ਅੱਗੇ ਬੈਂਗਣ ਨੇ ਜੀ ਅਤੇ ਉਹ ਪਿਆਜ਼ ਲਾਏ ਹੋਏ ਨੇ ਉਹਨਾਂ 'ਚ ਗਡਾਈ ਕਰਨੀ ਆ ਹਲੇ ਅਤੇ ਇੱਧਰ ਘੀਆ ਦੀ ਵੇਲਾਂ ਨੇ ਇੱਕ ਕਰੇਲਿਆਂ ਦੀਆਂ ਮਿਰਚਾਂ ਨੇ ਸਾਰੀਆਂ ਜੀ ਉਹ ਦੇਖੋ ਇੱਕ ਘੀਆ ਦੀ ਵੇਲ ਹੈ ਆਹ ਕਰੇਲੇ ਦੀ ਵੇਲ ਹੈ ਜੀ ਐਵੇਂ ਲਾਈਆਂ ਨਹੀਂ ਬਾਕੀ ਹੋਰ ਹਲੇ ਲਾਈਆਂ ਨਹੀਂ ਹੈਗੀਆਂ ਸਬਜ਼ੀਆਂ ਭਿੰਡੀਆਂ ਵਗੈਰਾ ਆਹ ਦੇਖੋ ਆਹ ਵੇਲ ਕਿੱਡੀ ਹੋ ਗਈ ਉਹ ਵੇਲ ਕਿੱਡੀ ਹੋ ਗਈ ਅਤੇ ਬੈਂਗਣਾਂ 'ਤੇ ਸਪਰੇਅ ਕਰਨੀ ਹੈ ਜੀ ਲਿਆ ਕੇ ਅਤੇ ਬੈਂਗਣ ਜੀ ਆ ਦੇਖੋ ਥੋੜ੍ਹੇ ਜਿਹੇ ਉਹ ਕਰਨ ਹੋਣ ਲੱਗ ਗਏ ਜੀ ਆ ਹੁਣ ਪੱਟ ਦੂੰਗੇ ਇਹਨਾਂ ਨੂੰ ਇਹ ਖਰਾਬ ਹੋ ਜੂੰਗੇ ਹੁਣ ਲੱਗਦੇ ਨਹੀਂ ਹੈਗੇ ਅਸਲੀ ਬੈਂਗਣ ਕੀੜਿਆਂ ਦੇ ਵਾਲੇ ਹੋ ਗਏ ਹੋਰ ਲਾਉਂਗੇ ਆਪਾਂ ਬੈਂਗਣ ਉਰੇ ਅਤੇ ਭਾਈ ਲੱਗਿਆ ਹੋਇਆ ਜੀ ਇੰਟਾਂ ਘੜ ਰਿਹਾ ਅਤੇ ਅਲਮਾਰੀ ਜੀ ਦਾ ਆਪਾਂ ਉਹ ਕੱਲ੍ਹ ਨੂੰ ਪਾਵਾਂਗੇ ਜਦੋਂ ਮਿਸਤਰੀ ਆਊਗਾ ਅਤੇ ਮੈਂ ਹੁਣ ਪਿੰਡ ਜਾ ਕੇ ਆਉਂਦਾ ਅਤੇ ਪਿੰਡ ਚੱਲਦਾ ਜਾ ਕੇ ਆਉਂਦਾ ਅਤੇ ਫਿਰ ਆ ਜਾਵਾਂਗਾ ਹੁਣ ਮੈਂ ਉਰੇ ਆ ਕੇ ਮੈਨੂੰ 3-4 ਘੰਟੇ ਹੋ ਗਏ ਲਗਭਗ ਮੈਂ ਉਰੀ ਹਾਂ ਸਬਜ਼ੀਆਂ 'ਚ ਵੀ ਆਪਾਂ ਨੇ ਪਾਣੀ ਪਾ ਦਿੱਤਾ ਜੀ ਅਤੇ ਹੁਣ ਚੱਲਦੇ ਹਾਂ ਸਿੱਧਾ ਪਿੰਡ ਅਤੇ ਹਾਂਜੀ ਆਹ ਦੇਖੋ ਆਹ ਜਿਹੜੀਆਂ ਖੱਡਾਂ ਬਣੀਆਂ ਹੋਈਆਂ ਨੇ ਇਹਨਾਂ 'ਚ ਨੂੰ ਵੜ ਜਾਂਦੇ ਨੇ ਜੀ ਸਨੇਕ ਆਹ ਦੇਖੋ ਆਹ ਜਿਹੜੀਆਂ ਜਿਹੜੀਆਂ ਆਹ ਨੇ ਇਹਨਾਂ ਵਿੱਚ ਨੂੰ ਵੜਦੇ ਨੇ ਜੀ ਅੰਦਰ ਅੱਜ ਮੈਂ ਚਾਬੀ ਨਹੀਂ ਲੈ ਕੇ ਆਇਆ ਸੋ ਤੁਹਾਨੂੰ ਨਾ ਅੰਦਰ ਮੈਂ ਦਿਖਾਉਂਦਾ ਅੰਦਰ ਨਾ ਸੱਪ ਦੀ ਕੰਜ ਹੁੰਦੀ ਹੈ ਜਿਹੜੀ ਉਹ ਵੀ ਉੱਪਰ ਬਾਲਿਆਂ 'ਤੇ ਲਟਕਾਈਆਂ ਹੋਈਆਂ ਨੇ ਆਹ ਖੁੱਲ੍ਹਾ ਨਾ ਇੱਥੇ ਵੜ ਜਾਂਦੇ ਨੇ ਕਿਉਂਕਿ ਬਾਹਰ ਸਾਡਾ ਘਰ ਡੇਰਾ ਹੈ ਬਾਹਰ ਤਾਂ ਕਰਕੇ ਬਾਹਰ ਖੇਤਾਂ 'ਚ ਸੱਪ ਬਹੁਤ ਹੁੰਦੇ ਨੇ ਜੀ ਆਹ ਇੱਥੇ ਅੰਦਰ ਤੁਹਾਨੂੰ ਨਾ ਮੈਂ ਦਿਖਾਉਂਦਾ ਅੱਜ ਮੈਂ ਚਾਬੀ ਨਹੀਂ ਲੈ ਕੇ ਆਇਆ ਉੱਪਰ ਬਾਲਿਆਂ 'ਚ 2-3 ਸੱਪ ਦੀਆਂ ਕੰਜਾਂ ਪਈਆਂ ਨੇ ਵੜ ਜਾਂਦੇ ਨੇ ਉੱਥੇ ਪਾਥੀਆਂ 'ਚ ਵੀ ਪਾਥੀਆਂ ਵੀ ਅੰਦਰ ਪਈਆਂ ਨੇ ਉੱਥੇ ਵੀ ਵੜ ਜਾਂਦੇ ਨੇ ਜੀ ਸਨੇਕ ਆਹ ਦੇਖੋ ਜਿੰਦਾ ਲੱਗਿਆ ਹੋਇਆ ਹੁਣ ਹਾਂਜੀ ਸੋ ਇੱਕ ਨਾ ਉਹ ਪਿੱਛੇ ਪਿੱਪਲ ਦਿਖ ਰਿਹਾ ਹੋਣਾ ਤੁਹਾਨੂੰ ਉਹ ਪਿੱਪਲ ਉੱਥੋਂ ਮੈਂ ਤੁਹਾਨੂੰ ਦਿਖਾ ਕੇ ਦੱਸਦਾ ਉਹਦੇ ਨਾ ਪਿੱਪਲ ਦੇ ਨੀਚੇ ਇੱਕ ਖੂਹ ਆ ਉੱਥੇ ਪਿੱਪਲ ਦੇ ਨੀਚੇ ਅਤੇ ਉੱਥੇ ਬਹੁਤ ਸਨੇਕ ਰਹਿੰਦੇ ਨੇ ਜੀ ਇੱਥੇ ਵੀ ਆ ਜਾਂਦੇ ਨੇ ਸਾਡੇ ਘਰ ਅੰਦਰ ਤਾਂ ਨਹੀਂ ਵੜਦੇ ਕਿਉਂਕਿ ਅੰਦਰ ਤਾਂ ਦਰਵਾਜ਼ੇ ਨੇ ਦਰਵਾਜ਼ਿਆਂ 'ਚ ਨਹੀਂ ਆਉਂਦੇ ਅਤੇ ਇੱਥੇ ਆਲੇ ਦੁਆਲੇ ਅਸੀਂ ਕਈ ਵਾਰੀ ਫਿਰਦੇ ਦੇਖੇ ਨੇ ਸਨੇਕ ਇੱਥੇ ਵਿਹੜੇ 'ਚ ਵੀ ਆ ਜਾਂਦੇ ਨੇ ਕਦੇ ਕਦੇ ਹਲੇ ਨਹੀਂ ਆਉਂਦੇ ਹੁਣ ਗਰਮੀ ਹੋਊਗੀ ਨਾ ਠੰਡਾਂ 'ਚ ਤਾਂ ਇਹ ਮਤਲਬ ਲੁਕ ਜਾਂਦੇ ਨੇ ਆਪਣੇ ਜਿੱਥੇ ਖੱਡਾਂ 'ਚ ਵੜ ਜਾਂਦੇ ਨੇ ਗਰਮੀਆਂ 'ਚ ਇਹ ਨਿਕਲਦੇ ਨੇ ਸਾਉਣ ਦੇ ਮਹੀਨੇ 'ਚ ਬਹੁਤ ਨਿਕਲਣਗੇ ਇੱਥੇ ਵੀ ਦੇਖਿਓ ਫਿਰਦੇ ਦਿਖੂੰਗੇ ਇੱਥੇ ਸਬਜ਼ੀਆਂ 'ਚ ਵੀ ਇੱਥੇ ਸਾਰੇ ਕਿਤੇ ਰਹਿੰਦੇ ਨੇ ਜੀ ਆਹ ਹੈ ਜੀ ਅਤੇ ਬਾਕੀ ਉਹ ਉੱਥੇ ਪਿੱਪਲ ਹੈ ਉੱਥੇ ਜ਼ਿਆਦਾ ਰਹਿੰਦੇ ਨੇ ਇਹ ਪਿੱਪਲ ਤੁਹਾਨੂੰ ਦਿਖਾਉਂਦਾ ਮੈਂ ਉੱਥੇ ਜਾ ਕੇ ਉਹ ਪਿੱਪਲ ਦੇ ਨੀਚੇ ਖੂਹ ਹੈ ਉਹ ਖੂਹ 'ਚ ਰਹਿੰਦੇ ਨੇ ਜੀ ਸਨੇਕ ਇੱਥੇ ਬਹੁਤ ਆਉਂਦੇ ਨੇ ਪਰ ਹੁਣ ਨਾ ਪਹਿਲਾਂ ਬਹੁਤ ਹੁੰਦੇ ਸੀਗੇ ਹੁਣ ਫਿਰ ਵੀ ਘੱਟ ਗਏ ਪਹਿਲਾਂ ਜਿੰਨੇ ਨਹੀਂ ਰਹੇ ਕਿਉਂਕਿ ਹੁਣ ਖੇਤਾਂ 'ਚ ਰੇਹ ਦਵਾਈ ਪੈਂਦੀ ਹੈ ਜਿਹੜੀ ਆਪਣਾ ਉਸ 'ਤੇ ਫਸਲ 'ਚ ਉਹ ਮਾਰ ਦਿੰਦੀ ਹੈ ਜੀ ਸਨੇਕਸ ਨੂੰ ਦੇਖੋ ਜੀ ਆਹ ਪਿੱਪਲ ਹੈ ਅਤੇ ਅੰਬ ਤੋਂ ਇੱਧਰਲੀ ਸਾਈਡ ਆ ਪਿੱਪਲ ਹੈ ਅਤੇ ਇਹਦੇ ਥੱਲੇ ਖੂਹ ਹੈ ਜੀ ਉਹਦੇ ਵਿੱਚ ਰਹਿੰਦੇ ਨੇ ਸਨੇਕ ਅਤੇ ਬਾਕੀ ਜੀ ਉੱਥੇ ਵੀ ਜਿਹੜਾ ਉਹ ਹੈ ਉਹਦੇ 'ਚ ਵੀ ਵੜ ਜਾਂਦੇ ਨੇ ਜਿਹੜਾ ਸਾਡਾ ਉਹ ਜਿੱਥੇ ਮੋਰੀਆਂ ਜੀ ਨਹੀਂ ਦਿਖ ਰਹੀਆਂ ਤੁਹਾਨੂੰ ਉਹ ਡੰਗਰਾਂ ਵਾਲੇ 'ਚ ਉੱਥੇ ਹੀ ਵੜ ਜਾਂਦੇ ਨੇ ਉੱਥੇ ਉੱਪਰ ਬਾਲਿਆਂ 'ਤੇ ਚੜ੍ਹ ਕੇ ਆਪਣੀਆਂ ਜਿਹੜੀਆਂ ਕੰਜ ਹੁੰਦੀ ਹੈ ਸੱਪ ਦੀ ਉਹ ਲਾ ਦਿੰਦੇ ਨੇ ਅਤੇ ਫਿਰ ਚਲੇ ਜਾਂਦੇ ਨੇ ਤਾਂ ਹੀ ਉਹ ਪਾਥੀਆਂ ਵੀ ਉੱਥੇ ਰੱਖੀਆਂ ਸੀਗੀਆਂ ਅਸੀਂ ਉਹਦੇ ਵਿੱਚ ਵੀ ਬੈਠਿਆ ਸੀਗਾ ਇੱਕ ਦਿਨ ਅਤੇ ਉਹ ਉੱਥੇ ਕੰਜਾਂ ਹੀ ਰੱਖ ਦਿੰਦੇ ਨੇ ਹੁਣ ਮੇਰੇ ਕੋਲ ਚਾਬੀ ਨਹੀਂ ਹੈਗੀ ਮੈਂ ਲੈ ਕੇ ਨਹੀਂ ਆਇਆ ਨਹੀਂ ਚਾਬੀ ਲਿਆਂਦਾ ਤੁਹਾਨੂੰ ਦਿਖਾਉਂਦਾ ਉੱਥੇ ਸੱਪ ਦੀਆਂ ਐਵੇਂ ਕੰਜਾਂ ਜੀ ਪਈਆਂ ਉੱਪਰ ਬਾਲਿਆਂ 'ਤੇ ਅਤੇ ਹੁਣ ਮੈਂ ਜੀ ਆਪਣਾ ਬਸ ਇਹ ਉਰੇ ਸੰਵਾਰ ਲਾਂਗੇ ਆਪਾਂ ਇੰਟਾਂ ਉਂਟਾਂ ਅਤੇ ਫਿਰ ਮੈਂ ਘਰ ਚਲਿਆ ਜਾਵਾਂਗਾ ਸ਼ਾਮ ਨੂੰ ਅਤੇ ਅੱਧਾ ਬਲੌਗ ਆਪਾਂ ਜੀ ਇੱਥੇ ਹੀ ਐਂਡ ਕਰਦੇ ਹਾਂ ਅਤੇ ਬਸ ਜੀ ਅੱਜ ਦੀ ਵੀਡੀਓ 'ਚ ਇੰਨਾ ਹੀ ਆਈ ਹੋਪ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਵਾਲਾ ਘੰਟਾ ਦੱਬ ਦੱਬ ਕੇ ਘਸਾ ਦਿਓ
ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ। ਤਦ ਤੱਕ ਲਈ ਬਾਏ ਬਾਏ, ਥੈਂਕ ਯੂ, ਟੇਕ ਕੇਅਰ।